अगली खबर में चलिए जो इराक तो आ रही है। कहते भी 100 जने की इराक के एक ब्याह के दौरान मौत हो गई। लाड़ा ते लाड़ी जिहड़े आ दोने वह भी इस दे विच मारे गए। एक बहुत वड्डा हॉल सी वैडिंग हॉल जिहदे विच 1,000 तो वध बंदे इस ब्याह दे विच हाजिर होए सी ते अंदरे ही किसी ने जिहड़े आ पटाखे चलाने शुरू कर दिते, जिहदे नाल जिहड़ी रूफ आ सीलिंग आ उहनूं अग लग गई ते उह डिग पई। उहदे नाल 100 तो वध लोकां दे मारे जाण दी खबर आ। 150 तो वध लोक जिहड़े आ ਉਹ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਹਾਲ ਸੀ ਤੇ ਲੋਕਾਂ ਤੋਂ ਭੱਜ ਨਹੀਂ ਹੋਇਆ ਤੇ ਉੱਥੇ ਜਿਹੜੇ ਆ ਇੱਕ ਦੂਜੇ ਦੇ ਉੱਤੇ ਵੀ ਚੜ ਕੇ ਜਿਹੜੇ ਆ ਉਹ ਦੱਬੇ ਗਏ ਤੇ ਉਹਨਾਂ ਦੀ ਮੌਤ ਹੋਈ। ਬਿਲਕੁਲ ਹਰਜੋਤ ਸਿੰਘ ਜੀ, ਉਹ ਜਸ਼ਨ ਦੇ ਵਿੱਚ ਪਟਾਕੇ ਚਲਾ ਰਹੇ ਸੀਗੇ ਅੰਦਰ, ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹਾਂ ਨਾ ਜਦੋਂ ਰਿਸੈਪਸ਼ਨ ਵਗੈਰਾ ਤੇ ਜਾਂਦੇ ਆ ਤੇ ਪਿੱਛੇ ਸਪਾਰਕਲ ਜਿਹੜੇ ਕੀਤੇ ਜਾਂਦੇ ਆ ਉਸੇ ਤਰੀਕੇ ਦੇ ਨਾਲ ਹੀ ਉੱਥੇ ਕੀਤੇ ਜਾ ਰਹੇ ਸੀਗੇ ਤੇ ਉਹ ਆਈ ਥਿੰਕ ਅੱਗ ਜ਼ਿਆਦਾ ਸੀਗੀ। ਉਹਦੀ ਵੀਡੀਓ ਵੀ ਆ ਗਈ ਆ, ਬਹੁਤ ਹੀ ਖੌਫਨਾਕ ਜਿਹੜੀ ਵੀਡੀਓ ਆ ਉਹ ਉਸ ਤਰੀਕੇ ਦੀ ਉਹ ਦੇਖਣ ਨੂੰ ਮਿਲ ਰਹੀ ਆ। ਬਹੁਤ ਹੀ ਮਾੜਾ ਮੰਜ਼ਰ ਜਿਹੜਾ ਆ ਉੱਥੇ ਵਾਪਰਿਆ ਹੈਗਾ ਆ। ਅਗਲੀ ਖਬਰ ਵਿੱਚ ਚਲੀਏ ਜੋ ਇਰਾਕ ਤੋਂ ਆ ਰਹੀ ਹੈ। ਕਹਿੰਦੇ ਵੀ 100 ਜਣਿਆਂ ਦੀ ਇਰਾਕ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਮੌਤ ਹੋ ਗਈ। ਲਾੜਾ ਤੇ ਲਾੜੀ ਜਿਹੜੇ ਆ ਦੋਨੇ ਉਹ ਵੀ ਇਸ ਦੇ ਵਿੱਚ ਮਾਰੇ ਗਏ। ਇੱਕ ਬਹੁਤ ਵੱਡਾ ਹਾਲ ਸੀ ਵੈਡਿੰਗ ਹਾਲ ਜਿਹਦੇ ਵਿੱਚ 1,000 ਤੋਂ ਵੱਧ ਬੰਦੇ ਇਸ ਵਿਆਹ ਦੇ ਵਿੱਚ ਹਾਜ਼ਰ ਹੋਏ ਸੀ ਤੇ ਅੰਦਰੇ ਹੀ ਕਿਸੇ ਨੇ ਜਿਹੜੇ ਆ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਨਾਲ ਜਿਹੜੀ ਰੂਫ ਆ ਸੀਲਿੰਗ ਆ ਉਹਨੂੰ ਅੱਗ ਲੱਗ ਗਈ ਤੇ ਉਹ ਡਿੱਗ ਪਈ। ਉਹਦੇ ਨਾਲ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ। 150 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਹਾਲ ਸੀ ਤੇ ਲੋਕਾਂ ਤੋਂ ਭੱਜ ਨਹੀਂ ਹੋਇਆ ਤੇ ਉੱਥੇ ਜਿਹੜੇ ਆ ਇੱਕ ਦੂਜੇ ਦੇ ਉੱਤੇ ਵੀ ਚੜ ਕੇ ਜਿਹੜੇ ਆ ਉਹ ਦੱਬੇ ਗਏ ਤੇ ਉਹਨਾਂ ਦੀ ਮੌਤ ਹੋਈ। ਬਿਲਕੁਲ ਹਰਜੋਤ ਸਿੰਘ ਜੀ, ਉਹ ਜਸ਼ਨ ਦੇ ਵਿੱਚ ਪਟਾਕੇ ਚਲਾ ਰਹੇ ਸੀਗੇ ਅੰਦਰ, ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹਾਂ ਨਾ ਜਦੋਂ ਰਿਸੈਪਸ਼ਨ ਵਗੈਰਾ ਤੇ ਜਾਂਦੇ ਆ ਤੇ ਪਿੱਛੇ ਸਪਾਰਕਲ ਜਿਹੜੇ ਕੀਤੇ ਜਾਂਦੇ ਆ ਉਸੇ ਤਰੀਕੇ ਦੇ ਨਾਲ ਹੀ ਉੱਥੇ ਕੀਤੇ ਜਾ ਰਹੇ ਸੀਗੇ ਤੇ ਉਹ ਆਈ ਥਿੰਕ ਅੱਗ ਜ਼ਿਆਦਾ ਸੀਗੀ। ਉਹਦੀ ਵੀਡੀਓ ਵੀ ਆ ਗਈ ਆ, ਬਹੁਤ ਹੀ ਖੌਫਨਾਕ ਜਿਹੜੀ ਵੀਡੀਓ ਆ ਉਹ ਉਸ ਤਰੀਕੇ ਦੀ ਉਹ ਦੇਖਣ ਨੂੰ ਮਿਲ ਰਹੀ ਆ। ਬਹੁਤ ਹੀ ਮਾੜਾ ਮੰਜ਼ਰ ਜਿਹੜਾ ਆ ਉੱਥੇ ਵਾਪਰਿਆ ਹੈਗਾ ਆ। ਅਗਲੀ ਖਬਰ ਵਿੱਚ ਚਲੀਏ ਜੋ ਇਰਾਕ ਤੋਂ ਆ ਰਹੀ ਹੈ। ਕਹਿੰਦੇ ਵੀ 100 ਜਣਿਆਂ ਦੀ ਇਰਾਕ ਦੇ ਵਿੱਚ ਇੱਕ ਵਿਆਹ ਦੇ ਦੌਰਾਨ ਮੌਤ ਹੋ ਗਈ। ਲਾੜਾ ਤੇ ਲਾੜੀ ਜਿਹੜੇ ਆ ਦੋਨੇ ਉਹ ਵੀ ਇਸ ਦੇ ਵਿੱਚ ਮਾਰੇ ਗਏ। ਇੱਕ ਬਹੁਤ ਵੱਡਾ ਹਾਲ ਸੀ ਵੈਡਿੰਗ ਹਾਲ ਜਿਹਦੇ ਵਿੱਚ 1,000 ਤੋਂ ਵੱਧ ਬੰਦੇ ਇਸ ਵਿਆਹ ਦੇ ਵਿੱਚ ਹਾਜ਼ਰ ਹੋਏ ਸੀ ਤੇ ਅੰਦਰੇ ਹੀ ਕਿਸੇ ਨੇ ਜਿਹੜੇ ਆ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਨਾਲ ਜਿਹੜੀ ਰੂਫ ਆ ਸੀਲਿੰਗ ਆ ਉਹਨੂੰ ਅੱਗ ਲੱਗ ਗਈ ਤੇ ਉਹ ਡਿੱਗ ਪਈ। ਉਹਦੇ ਨਾਲ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ। 150 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡਾ ਹਾਲ ਸੀ ਤੇ ਲੋਕਾਂ ਤੋਂ ਭੱਜ ਨਹੀਂ ਹੋਇਆ ਤੇ ਉੱਥੇ ਜਿਹੜੇ ਆ ਇੱਕ ਦੂਜੇ ਦੇ ਉੱਤੇ ਵੀ ਚੜ ਕੇ ਜਿਹੜੇ ਆ ਉਹ ਦੱਬੇ ਗਏ ਤੇ ਉਹਨਾਂ ਦੀ ਮੌਤ ਹੋਈ। ਬਿਲਕੁਲ ਹਰਜੋਤ ਸਿੰਘ ਜੀ, ਉਹ ਜਸ਼ਨ ਦੇ ਵਿੱਚ ਪਟਾਕੇ ਚਲਾ ਰਹੇ ਸੀਗੇ ਅੰਦਰ, ਜਿੱਦਾਂ ਆਪਾਂ ਇੱਥੇ ਵੀ ਦੇਖਦੇ ਹਾਂ ਨਾ ਜਦੋਂ ਰਿਸੈਪਸ਼ਨ ਵਗੈਰਾ ਤੇ ਜਾਂਦੇ ਆ ਤੇ ਪਿੱਛੇ ਸਪਾਰਕਲ ਜਿਹੜੇ ਕੀਤੇ ਜਾਂਦੇ ਆ ਉਸੇ ਤਰੀਕੇ ਦੇ ਨਾਲ ਹੀ ਉੱਥੇ ਕੀਤੇ ਜਾ ਰਹੇ ਸੀਗੇ ਤੇ ਉਹ ਆਈ ਥਿੰਕ ਅੱਗ ਜ਼ਿਆਦਾ ਸੀਗੀ। ਉਹਦੀ ਵੀਡੀਓ ਵੀ ਆ ਗਈ ਆ, ਬਹੁਤ ਹੀ ਖੌਫਨਾਕ ਜਿਹੜੀ ਵੀਡੀਓ ਆ ਉਹ ਉਸ ਤਰੀਕੇ ਦੀ ਉਹ ਦੇਖਣ ਨੂੰ ਮਿਲ ਰਹੀ ਆ। ਬਹੁਤ ਹੀ ਮਾੜਾ ਮੰਜ਼ਰ ਜਿਹੜਾ ਆ ਉੱਥੇ ਵਾਪਰਿਆ ਹੈਗਾ ਆ।